ग्लोबल फ्लायर्स बदनी कला जिन्हों का मोटो है वन वाइज डिसीजन फ्लाई टू सक्सेस, जिथे बच्चों आयल्स करवाई जाती है। ये वीज़ा कंसल्टेंट भी ने ते एयर टिकटिंग का काम भी इतने किया जाता है। इतों का स्टाफ बेहद क्वालिफाइड ते तजुर्बेकार है। मैडम चारे मॉड्यूल ही नहीं बल्कि जिस तरीके पर्सनैलिटी डिवेलपमेंट की गल कर लिए, बच्चे आते हैं उनकी बॉडी लैंग्वेज थोड़ी जी घबराई होंगी है, लेकिन जो जाते हैं बच्चे बड़े फ्लाई करके जाते हैं। की कहना चाहोगे कि ये चारे मॉड्यूल्स के नाल की सवाल दे? सर इतने जरूरी नहीं गा कि आप कला आइलस करवाने, ठीक है, ये नहीं गा कि चार ही मॉड्यूल करवाते स्पीकिंग लिसनिंग राइटिंग रीडिंग ही होंगी आ। ये तो इलावा भी आप परसनैलिटी डेवलपमेंट द्लासिज दें, मीनज वो टाइम टू टाइम टिप्स दिने रहने कि बच्चे ने किदा बोलना चलना उठना बैठना, मीनज के सारा कुछ होंगे ये है ना। अज इधर इनवायरमेंट कुछ होर है एंड फॉरनर जाके कुछ और होर हो जाता, ठीक है। फॉरनर च एनवायरमेंट का काफ़ी फर्क होंगे, उत्थे बोलना चलना बहुत तरीके मीनज के अलग तो होंगे आ, मीनज वे भी असं इतने सारा कुछ दसते हैं बच्चों कि कुछ बच्चे होंगे आ और स्टार्टिंग उन्होंने थोड़ा जहा बच्चा वाला बिहेव हों, ठीक है। जो तो बाहर जाते हैं तो बहुत ज़्यादा चेंजस आ जाते हैं। किमें आ जाते हैं कि वो टीचर के सिर पर भी होंगे है, मीनज के बच्चे ने भी वो देखते रहेंगे ना, टीचर गाइड करते उन्होंने भी किदा की करना वा, एंड बच्चा भी उन्होंने देखता है तो वह अपने आप ही उस चीज़ को कैच करता है ना भी टीचर का बोलन का वे की आ जा मैं बाहर जाके किमें बोलना वा, ये टीचर बच्चा भी कैच करता है। तो इदा ही वो अपनी मीनज के परसनैलिटी डिवेलप करके ही निकलता वा जो भी जाता है ना बच्चा। ਸਾਡੇ ਲਈ ਤਾਂ ਇਹੀ ਹੁੰਦਾ ਹੈ, ਸਾਨੂੰ ਪਤਾ ਬਾਹਰ ਕੋਈ ਜਾ ਕੇ ਕਹੇ ਨਾ ਕਿ ਬੱਚਾ ਉੱਥੋਂ ਪੜ੍ਹ ਕੇ ਆਇਆ ਵਾ ਗਲੋਬਲ ਕਲਾਸ 'ਚੋਂ ਪੜ੍ਹ ਕੇ ਆਇਆ ਵਾ, ਤਾਂ ਬੱਚਾ ਦੇਖੋ ਉਹਦਾ ਕੀ ਕੌਨਫੀਡੈਂਸ ਲੈਵਲ ਕਿੱਥੋਂ ਤੱਕ ਪਹੁੰਚਿਆ ਵਾ ਨਾ। ਤਾਂ ਇਹ ਅਸੀਂ ਇਹੀ ਚਾਹੁੰਦੇ ਹਾਂ ਕਿ ਬਾਹਰ ਜਾ ਕੇ ਕੋਈ ਦੂਜਾ ਵੀ ਕਹੇ ਨਾ ਕਿ ਹਾਂ ਗਲੋਬਲ ਕਲਾਸ ਤੋਂ ਪੜ੍ਹ ਕੇ ਆਇਆ, ਤਾਂ ਉੱਥੇ ਜਾ ਕੇ ਦੇਖੋ ਟੀਚਰ ਕਿੱਦਾਂ ਦੇ ਆ, ਬੱਚੇ ਨੂੰ ਬੋਲਣ ਦਾ ਤਰੀਕਾ ਨਹੀਂ ਪਤਾ ਸੀਗਾ, ਅੱਜ ਆਇਲਸ ਦੇ ਨਾਲ ਨਾਲ ਉਹ ਕਿੱਦਾਂ ਵੀ ਮੀਨਜ ਉਹਦਾ ਕੌਨਫੀਡੈਂਸ ਲੈਵਲ ਕਿੱਥੋਂ ਤੱਕ ਪਹੁੰਚਿਆ ਵਾ ਨਾ। ਅਸੀਂ ਇਹੀ ਚਾਹੁੰਦੇ ਹਾਂ ਕਿ ਬੱਚਾ ਇਕੱਲਾ ਆਇਲਸ ਨਹੀਂ ਹੋਰ ਵੀ ਚੀਜ਼ਾਂ ਸਿੱਖ ਕੇ ਜਾਵੇ। ਹਾਂਜੀ ਸਰ, ਜਦੋਂ ਬੱਚੇ ਆਉਂਦੇ ਇੱਥੇ ਉਹਨਾਂ 'ਚ ਇੰਨਾ ਬਹੁਤ ਨਰਵਸ ਹੁੰਦੇ, ਉਹਨਾਂ ਨੂੰ ਐਵੇਂ ਲੱਗਦਾ ਕਿ ਅਸੀਂ ਸਾਡਾ ਲੈਵਲ ਬਹੁਤ ਲੋਅ ਆ ਦੂਸਰਿਆਂ ਤੋਂ, ਨਾਲ ਦੇ ਸਟੂਡੈਂਟ ਜਿਹਨਾਂ ਨੂੰ ਦੇਖਦੇ ਆ। ਬਟ ਜਦੋਂ ਇੱਥੇ ਆਉਂਦੇ ਅਸੀਂ ਉਹਨਾਂ ਨਾਲ ਇੰਨਾ ਕੁ ਫਨੀ ਤਰੀਕੇ ਨਾਲ ਉਹਨਾਂ ਨੂੰ ਇੰਗਲਿਸ਼ ਸਿਖਾਉਂਦੇ ਹਾਂ, ਬੱਚਿਆਂ ਨੂੰ ਇਨੋਵੇਟ ਕਰਦੇ ਹਾਂ ਅਸੀਂ ਇੱਥੇ ਆ ਕੇ, ਅਤੇ ਬੱਚਿਆਂ 'ਚ ਅਲੱਗ ਜਿਹੀ ਇੱਕ ਅਲੈਗਰਿਟੀ ਆਉਂਦੀ ਹੈ। ਆਈ ਥਿੰਕ ਦਿਸ ਇਜ਼ ਦਾ ਬੈਸਟ ਪਲੇਟਫਾਰਮ ਜੇ ਸਟੂਡੈਂਟ ਕੈਨ ਯੂਜ਼ ਹਿਸ ਪੋਟੈਂਸ਼ੀਅਲ ਐਂਡ ਕੈਨ ਫਲਾਈ ਹਾਈ। ਸਰ ਇਹ ਤਾਂ ਹੁੰਦਾ ਕਿਉਂਕਿ ਜਦੋਂ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ, ਜਦੋਂ ਕਈ ਵਾਰ ਐਵੇਂ ਹੁੰਦਾ ਕਿ ਦੂਸਰੇ ਬੱਚਿਆਂ ਦਾ ਮਜ਼ਾਕ ਉਡਾਉਣ ਲੱਗੇ, ਅਗਰ ਉਹ ਇੰਗਲਿਸ਼ ਵਿੱਚ ਬੋਲਣ ਦੀ ਟਰਾਈ ਵੀ ਕਰਦੇ ਆ, ਤਾਂ ਅਗਰ ਬੱਚੇ ਥੋੜ੍ਹੇ ਹੈਜੀਟੇਸ਼ਨ ਵਿੱਚ ਰਹਿਣ ਲੱਗ ਜਾਂਦੇ ਕਿ ਸ਼ਾਇਦ ਸਾਨੂੰ ਓਨਾ ਵਧੀਆ ਨਹੀਂ ਸਾਡੇ ਤੋਂ ਬੋਲਿਆ ਜਾਂਦਾ, ਤਾਂ ਕਿ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ ਕਿ ਹੌਲੀ ਹੌਲੀ ਜਿਵੇਂ ਚਾਹੇ ਗਲਤ ਬੋਲਣ ਚਾਹੇ ਸਹੀ ਬੋਲਣ, ਕਈ ਵਾਰ ਉਹਨਾਂ ਨੇ ਡਿਬੇਟ ਕਰਵਾਉਂਦੇ ਹਾਂ ਡਿਸਕਸ਼ਨ ਕਰਵਾਉਂਦੇ ਹਾਂ, ਬੱਚੇ ਅਲੱਗ ਅਲੱਗ ਆਪਦੇ ਗਰੁੱਪ ਬਣਾਉਂਦੇ ਆ ਅਤੇ ਉਹਨਾਂ ਦੇ ਵਿੱਚ ਅਸੀਂ ਕੁਛ ਨਹੀਂ ਕਰਦੇ ਉਹਨਾਂ ਨੂੰ, ਫਿਰ ਡਿਬੇਟ ਕਰਦੇ ਹਾਂ, ਉਹਨਾਂ ਦਾ ਲੈਵਲ ਇਨਕਰੀਜ਼ ਹੁੰਦਾ, ਉਹ ਦੇਖ ਲੈਂਦੇ ਆ ਕਿ ਦੂਸਰੇ ਸਟੂਡੈਂਟ ਵੀ ਕੁਛ ਇਹ ਨਹੀਂ ਕਿ ਬਹੁਤ ਜ਼ਿਆਦਾ ਲੈਵਲ ਹਾਈ ਆ, ਫਿਰ ਸਾਇਮਲਟੇਨੀਅਸਲੀ ਬੱਚਿਆਂ ਨੂੰ ਲੈ ਕੇ ਚੱਲਦੇ ਹਾਂ ਅਲੱਗ ਅਲੱਗ ਉਹਨਾਂ ਨੂੰ ਹੋਮਵਰਕ ਦਿੰਦੇ ਕਰਨ ਦੇ ਲਈ, ਐਵੇਂ ਉਹਨਾਂ ਦਾ ਜੋ ਗ੍ਰੈਮਰ ਆ ਉਹ ਹਾਈ ਹੋ ਜਾਂਦੀ ਹੈ। ਸਿਰਫ ਐਬਰੋਡ ਜਾਣ ਦੇ ਲਈ ਨਹੀਂ, ਇੱਥੇ ਵੀ ਉਹਨਾਂ ਨੂੰ ਜਦੋਂ ਜੋਬ ਕਰਦੇ ਹੋ ਇੱਥੇ ਵੀ ਬਹੁਤ ਵਧੀਆ ਉਹਨਾਂ ਦੇ ਲਈ ਕੰਮ ਆਉਂਦਾ, ਉਹਨਾਂ ਦੀ ਇੰਟਰਪਰਸਨਲ ਸਕਿੱਲਸ ਜੋ ਹੈ ਇੰਪਰੂਵ ਹੁੰਦੀ ਹੈ, ਇੰਟਲੈਕਚੁਅਲ ਬਣਦੇ ਆ। ਸਾਰੀ ਟੀਮ ਨੇ ਇੱਥੋਂ ਦੇ ਐਮਡੀ ਨਾਲ ਗੱਲਬਾਤ ਕੀਤੀ। ਦਰਸ਼ਕੋ ਕਿੰਜ ਜਾਈਏ ਪ੍ਰਦੇਸ਼ ਪ੍ਰੋਮ, ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਗਲੋਬਲ ਫਲਾਇਰਸ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਬੱਧਨੀ ਵਿਖੇ, ਚਾਹੇ ਉਹ ਆਈਲੈਟਸ ਦੀ ਗੱਲ ਹੋਵੇ, ਪੀ ਟੀ ਦੀ ਗੱਲ ਹੋਵੇ, ਚਾਹੇ ਉਹ ਸਟੱਡੀ ਵੀਜ਼ਾ ਦੀ ਗੱਲ ਹੋਵੇ, ਇਹ ਸਾਰੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਕੁਛ ਰੂਫ ਦੇ ਥੱਲੇ ਦੇ ਰਹੇ ਨੇ ਸਾਡੀ ਮੁਰਾਦਾ ਗਲੋਬਲ ਫਲਾਇਰਸ ਦੇ ਐਮ ਡੀ ਸਾਹਿਬ ਜਿਹੜੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਸਰ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਰਜਤ ਪਲਤਾ, ਗਲੋਬਲ ਫਲਾਇਰਸ ਤੋਂ। ਰਜਤ ਜੀ, ਜਿਸ ਤਰੀਕੇ ਦੇ ਨਾਲ ਬੜੇ ਸ਼ੋਰਟ ਪੀਰੀਅਡ ਦੇ ਵਿੱਚ ਹੀ ਤੁਸੀਂ ਬਦਨੀ ਤਾਂ ਕਿ ਬਲਕਿ ਆਸ ਪਾਸ ਦੇ ਇਲਾਕੇ ਦੇ ਵਿੱਚ ਵੀ ਆਪਣਾ ਨਾਮ ਬਣਾ ਚੁੱਕੇ ਹੋ, ਔਰ ਆਈਲੈਟਸ ਦੀ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਟੀਚਰਸ ਦਾ ਤੁਹਾਡੇ ਪੜ੍ਹਾਉਣ ਦਾ ਸਟਾਈਲ ਹੈਗਾ, ਜਿਸ ਤਰੀਕੇ ਦੇ ਨਾਲ ਸਟੱਡੀ ਵੀਜ਼ਾ ਦੀ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਤੁਹਾਡੀ ਫਾਈਲਿੰਗ ਦੀ ਗੱਲ ਕਰ ਲਈਏ, ਰਿਫਿਊਜ਼ਡ ਵੀਜ਼ਾਸ ਦੀ ਗੱਲ ਕਰ ਲਈਏ, ਤੁਸੀਂ ਬੜੇ ਮਾਹਰ ਹੋ ਇਹਨਾਂ ਚੀਜ਼ਾਂ ਦੇ ਵਿੱਚ, ਕੀ ਕਹਿਣਾ ਚਾਹੋ? ਦੇਖੋ ਸਰ, ਮੈਂ ਇਹ ਗੱਲ ਕਹਿਣਾ ਚਾਹੂੰਗਾ, ਆਪਾਂ ਕੋਈ ਵੀ ਕੰਮ ਹੈ ਪੂਰੀ ਆਪਦੀ ਮਿਹਨਤ ਨਾਲ ਕਰੀਏ, ਹੈ ਨਾ ਜੀ, ਪੂਰੇ ਲਗਨ ਨਾਲ ਕਰੀਏ ਅਤੇ ਇਮਾਨਦਾਰ ਨਾਲ ਕਰੀਏ, ਉਹਨੂੰ ਸਫਲਤਾ ਮਿਲਦੀ ਮਿਲਦੀ ਹੈ। ਅਤੇ ਬਾਕੀ ਰਿਸਪੋਂਸ ਪਿੰਡਾਂ 'ਚੋਂ ਆਪਣੇ ਆਸੇ ਪਾਸੇ ਦੇ ਅਤੇ ਸਾਰੇ ਏਰੀਏ 'ਚੋਂ ਬਹੁਤ ਅੱਛਾ ਰਿਸਪੋਂਸ ਆ ਰਿਹਾ ਅਤੇ ਬਹੁਤ ਹੀ ਵਧੀਆ ਰੈਪੂਟੇਸ਼ਨ ਇੱਕ, ਅਤੇ ਬਹੁਤ ਵਧੀਆ ਰਿਜ਼ਲਟਸ ਵੀ ਆ ਰਹੇ ਰਿਜ਼ਲਟਸ ਦੇ, ਆਪਣੇ ਆਇਲਸ ਦੇ ਬਹੁਤ ਅੱਛੇ ਰਿਜ਼ਲਟਸ ਆ ਰਹੇ, ਰਿਜ਼ਲਟਸ ਦੇ ਬਹੁਤ ਅੱਛੇ ਰਿਜ਼ਲਟਸ ਆ ਰਹੇ ਜੀ। ਸਰ, ਸਭ ਤੋਂ ਵੱਡੀ ਗੱਲ ਆ ਜਿਹੜੀ ਗਲੋਬਲ ਫਲਾਇਰਸ ਆ, ਜਿਹੜੀ ਉਹ ਇੱਕ ਪੋਜ਼ਿਟਿਵਿਟੀ ਲੈ ਕੇ ਚੱਲਦਾ ਹੈਗਾ, ਔਰ ਚਾਹੇ ਉਹ ਉਹਨੂੰ ਮਤਲਬ ਉਹਦੇ 'ਚ ਨੁਕਸਾਨ ਵੀ ਹੋ ਜਾਵੇ ਗਲੋਬਲ ਫਲਾਇਰਸ ਦਾ, ਲੇਕਿਨ ਜਿਹੜੇ ਸਟੂਡੈਂਟ ਦਾ ਵੀਜ਼ਾ ਨਹੀਂ ਲੱਗ ਸਕਦਾ, ਤੁਸੀਂ ਪਹਿਲਾਂ ਹੀ ਉਹਨੂੰ ਮਤਲਬ ਇਨਕਾਰ ਕਰ ਦਿੰਦੇ ਨਹੀਂ ਵੀ ਇਹ ਚੀਜ਼ ਨਹੀਂ ਹੋ ਸਕਣੀ, ਔਰ ਹਮੇਸ਼ਾ ਕੋਸ਼ਿਸ਼ ਇਹੀ ਕਰਦੇ ਹੋ ਕਿ ਬੈਂਡ ਸਕੋਰਿੰਗ ਜਿਹੜੇ ਬੱਚਿਆਂ ਦੇ ਉਹ ਹਾਈ ਟੂ ਹਾਈ ਹੋਣ, ਬੱਚਿਆਂ ਦੀ ਪਰਸਨੈਲਿਟੀ ਡਿਵੈਲਪਮੈਂਟ, ਬੱਚਿਆਂ ਦਾ ਬਾਡੀ ਲੈਂਗੁਏਜ, ਬੱਚਿਆਂ ਨੂੰ ਕਿੱਦਾਂ ਉਹਨਾਂ ਨੇ ਇੰਟਰਵਿਊ ਦੇ ਵਿੱਚ ਬੈਠਣਾ, ਪਹਿਲਾਂ ਪ੍ਰੀਪੇਅਰ ਕਰ ਦਿੰਦੇ ਹੋ ਹਰ ਚੀਜ਼ ਦੇ ਲਈ ਕਿ ਬੱਚਿਆਂ ਦੇ ਲਈ ਉਹ ਈਜ਼ੀ ਜਿਹਾ ਹੋ ਜਾਂਦਾ।
देखो सर ये जिहड़ी तुसीं गल करी है मतलब कई बच्चों आपां मना कर दिंदे जिन्हां दा वीज़ा नहीं लग सकता एक ट्रस्ट फैक्टर हुंदा जी इदां ही हौली हौली किसी ब्रांड का नाम बनता ट्रस्ट बनता लोगों हौली हौली मान लो अज मार्केट दे विच इहो जिहे एजेंट बैठे है जिहड़े किसी भी तुसीं एड्स तुसीं तां करदे हो मीडिया नाल जुड़े हुए हो तुहानूं बहुत नॉलेज है इस काम बारे पांच ब्रांड से कहिंदे कनेडा का वीज़ा ला देंगे विदाउट आयल्स असीं कनेडा का वीज़ा ला देंगे इन्ना फ्रॉड है मार्केट सर ये काम प्रति बट इनू ये जिन्ना आपां सोध करके कर सकते जिन्ना आपां सही करके कर सकते सही गाइडेंस करके कई बार हुंदा लोग साडे कोल आउंदे है उस तो बाद वीज़ा फाइल दिखाउंदे जे मना भी कर देंदे उन्हां नूं चैन नहीं आउंदा जी वो अगे किसी होर एजेंट्स कोल किसी वड्डे शहर जाके ट्राई करदे वीज़ा रिफ्यूज़ हुंदा एक वीज़ा मगर घट्टो घट उन्हां दा 2-2.5 लाख का नुकसान हुंदा असीं कोशिश करदे हां नुकसान ना होवे इस तो अच्छा ये बच्चा दोबारा प्रिपरेशन करके आयल्स दी दोबारा एक बार आयल्स दा एग्जाम दे एक प्रॉपर चैनल नाल जो कि रूल्स एंड रेगुलेशन अंबैसी ने बनाए है ਉਹਦੇ ਅਕੋਰਡਿੰਗਲੀ ਉਹਦਾ ਵੀਜ਼ਾ ਫਾਈਲ ਹੋਵੇ ਸਰ ਜਿਸ ਤਰੀਕੇ ਨਾਲ ਫਾਈਲਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਸਿੰਟੈਕਲੀ ਬੜਾ ਹਾਈ ਹੋ ਇਸ ਚੀਜ਼ ਦੇ ਵਿੱਚ ਔਰ ਫਾਈਲਿੰਗ ਤੁਸੀਂ ਖੁਦ ਜਿਹੜਾ ਹੈਗਾ ਉਹਦੇ ਵਿੱਚ ਇੰਟਰਵੀਨ ਕਰਦੇ ਹੋ ਔਰ ਉਹਨਾਂ ਦੇ ਵਿੱਚ ਕੋਈ ਵੀ ਐਰਰ ਨਹੀਂ ਛੱਡਦੇਗੇ ਔਰ ਬੜੀ ਮਿਹਨਤ ਦੇ ਨਾਲ ਉਹਨੂੰ ਫਾਈਲਿੰਗ ਨੂੰ ਪਹਿਲਾਂ ਹੀ ਮਤਲਬ ਜਿਹੜਾ ਹੈਗਾ ਸੋਧ ਕੇ ਔਰ ਖੁਦ ਜਿਹੜਾ ਹੈਗਾ ਉਹ 'ਚ ਇੰਟਰਵੀਨ ਹੋ ਕੇ ਇਹ ਵੀ ਕਾਰਨ ਹੈ ਕਿ ਜਿਹੜਾ ਸਟੱਡੀ ਵੀਜ਼ਾ ਦੇ ਤੁਹਾਡੇ ਲਗਾਏ ਹੋਏ ਵੀਜ਼ੇ ਹੁੰਦੇ ਆ ਉਹ ਤਕਰੀਬਨ ਜਿਹੜਾ ਹੈਗਾ ਕਿਉਂਕਿ ਤੁਸੀਂ ਬੈਂਡਸ ਦੀ ਪਹਿਲਾਂ ਗੱਲ ਕਰ ਲਈ ਬੈਂਡ ਸਕੋਰ ਵਧੀਆ ਹੋਣ ਉਸ ਤੋਂ ਬਾਅਦ 'ਚ ਬੱਚਿਆਂ ਦਾ ਮਾਈਂਡ ਸੈਟਅਪ ਦੇਖ ਲੈਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਫਾਈਲਿੰਗ ਦੇ ਵਿੱਚ ਵੀ ਜਾਨ ਪਾ ਦਿਓ ਵੀ ਸਿੰਟੈਕਲੀ ਕੋਈ ਐਰਰ ਬਹੁਤ ਘੱਟ ਹੋਣ ਬਿਲਕੁਲ ਸਰ ਇਹ ਜੋ ਵੀ ਫਾਈਲਿੰਗ ਤਿਆਰ ਹੁੰਦੀ ਹੈ ਤਕਰੀਬਨ ਮੋਸਟ ਆਫ ਫਾਈਲਸ ਮੈਂ ਤਿਆਰ ਕਰਦਾ ਜੇ ਸਾਡਾ ਕੋਈ ਸਟਾਫ ਤਿਆਰ ਕਰਦਾ ਤਾਂ ਉਦੋਂ ਬਾਅਦ 'ਚ ਉਹਦਾ ਚੈੱਕ ਜ਼ਰੂਰ ਹੁੰਦਾ ਇੱਕ ਸਾਰੀ ਫਾਈਲ ਮੈਂ ਪ੍ਰੋਪਰਲੀ ਰੀਡ ਕਰਦਾ ਸਾਰਾ ਕੁਝ ਹੁੰਦਾ ਉਸ ਤੋਂ ਬਾਅਦ ਹੀ ਸਾਡੀ ਫਾਈਲ ਲਾਂਚ ਹੁੰਦੀ ਹੈ ਅਤੇ ਸੈਕਿੰਡਲੀ ਮੰਨ ਲਓ ਜਦੋਂ ਇਹ ਫਾਈਲਿੰਗ ਹੁੰਦੀ ਹੈ ਇਹਦੇ 'ਚ ਵੀ ਬੜੀ ਟੈਕਨੀਕਲ ਚੀਜ਼ਾਂ ਜਿਵੇਂ ਤੁਸੀਂ ਕਹਿਤਾ ਆਇਲਸ ਦਾ ਹੋ ਗਿਆ ਕੁਛ ਹੋ ਗਿਆ ਕੁਛ ਤਾਂ ਸਾਨੂੰ ਬੱਚਿਆਂ ਵੱਲੋਂ ਮਿਲ ਜਾਂਦੀਆਂ ਜੀ ਚੀਜ਼ਾਂ ਜਾਂ ਜਿਹੜੀ ਏਜੰਟ ਦੇ ਹੱਥ ਹੁੰਦੀ ਹੈ ਇੱਕ SOP ਚੰਗੀ ਬਣਾ ਕੇ ਲਾਉਣਾ ਨਾਲ ਜੀ ਠੀਕ ਹੈ ਜੀ ਸਟੇਟਮੈਂਟ ਆਫ ਪਰਪਸ ਜਿਹੜੀ ਬੱਚਿਆਂ ਦੇ ਸਟੂਡੈਂਟ ਵੀਜ਼ਾ 'ਚ ਲੱਗਦੀ ਹੈ ਠੀਕ ਹੈ ਜੀ ਇਹ ਚੀਜ਼ਾਂ ਹੋ ਗਈਆਂ ਜਾਂ ਜਿਹੜੇ ਹੋਰ ਡਾਕੂਮੈਂਟਸ ਏਜੰਟਸ ਜਿਹੜਾ ਬੱਚਿਆਂ ਨੂੰ ਗਾਈਡ ਕਰ ਸਕਦਾ ਵੀ ਇਹ ਸਾਨੂੰ ਪ੍ਰੋਵਾਈਡ ਕਰ ਦਿਓ ਅਸੀਂ ਪ੍ਰੋਪਰਲੀ ਉਹਨਾਂ ਨੂੰ ਗਾਈਡ ਕਰਕੇ ਡਾਕੂਮੈਂਟਸ ਲੈ ਕੇ ਚਾਹੇ ਸਾਨੂੰ ਵੀਜ਼ਾ ਦੀ ਕੋਈ ਕਾਹਲੀ ਨਹੀਂ ਹੁੰਦੀ ਜੇ 5 ਦਿਨ 10 ਦਿਨ ਲੇਟ ਵੀ ਲਾ ਦਾਂਗੇ ਬਟ ਡਾਕੂਮੈਂਟਸ ਵਿੱਚ ਕੋਈ ਵੀ ਅਸੀਂ ਕਮੀ ਨਹੀਂ ਛੱਡਦੇ ਸਰ ਜਿਸ ਤਰੀਕੇ ਨਾਲ ਅਸੀਂ ਬਾਹਰ ਦੇਖਿਆ ਕਿ ਕਾਫੀ ਜਿਹੜੀਆਂ ਫੋਟੋਗ੍ਰਾਫਸ ਜਿਹੜੀਆਂ ਲੱਗੀਆਂ ਔਰ ਮੇਰਾ ਖਿਆਲ ਕੰਧ ਵੀ ਭਰ ਚੁੱਕੀ ਆ ਹੋਰ ਵੀ ਮਤਲਬ ਨਏ ਨਏ ਵੀਜ਼ੇ ਤੋਂ ਬਾਅਦ ਵੀ ਤੁਹਾਡੇ ਆ ਚੁੱਕੇ ਨੇ ਕੀ ਕਹਿਣਾ ਚਾਹੋਗੇ ਕਿ ਬਾਹਰ ਵੀ ਤੁਹਾਡਾ ਇੱਕ ਐਸਾ ਨੈਟਵਰਕ ਹੁਣ ਬਣ ਚੁੱਕਿਆ ਹੈ ਕਿ ਉਹ ਬੱਚੇ ਜਿਹੜੇ ਬਾਹਰ ਜਾ ਵੜੇ ਨੇ ਉਹਨਾਂ ਨੇ ਹਰੇਕ ਹਾਰਡਸ਼ਿਪ ਨੂੰ ਸਹਿ ਕੇ ਆਪਣੇ ਵੀਜ਼ਾਸ ਦੇ ਨਾਲ ਉਹ ਸਟੱਡੀ ਵੀਜ਼ਾ ਲਗਾ ਕੇ ਆਪਣਾ ਕੰਮ ਕਰ ਰਹੇ ਨੇ ਉਹ ਬੱਚੇ ਵੀ ਤੁਹਾਡਾ ਇੱਕ ਪੁਆਇੰਟ ਆਫ ਫੋਰਸ ਬਣ ਕੇ ਬਾਹਰ ਗਾਈਡ ਕਰਦੇ ਜਿਹੜਾ ਬੱਚਾ ਨਇਆ ਜਾਂਦਾ ਤੁਹਾਡਾ ਉਹ ਬੱਚੇ ਨੂੰ ਪਿੱਕ ਕਰਨ ਦੇ ਵਿੱਚ ਉਸ ਬੰਦੇ ਨੂੰ ਟਰਾਂਸਪੋਰਟੇਸ਼ਨ ਦੇ ਵਿੱਚ ਜਾਂ ਕੋਈ ਹੋਰ ਵੀ ਕੋਈ ਉਹਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਡੇ ਉਹ ਜਿਹੜੇ ਗਏ ਹੋਏ ਲੋਕ ਨੇ ਤੁਹਾਡੇ ਥਰੂ ਭੇਜੇ ਹੋਏ ਬੱਚੇ ਨੇ ਉਹ ਉੱਥੇ ਜਾ ਕੇ ਉਹਨਾਂ ਨੂੰ ਗਾਈਡ ਕਰਦੇ ਨੇ ਇਹ ਇੱਕ ਤੁਹਾਡਾ ਫੈਮਿਲੀ ਸਪੋਰਟ ਗਰੁੱਪ ਉਹਦੀ ਤਰ੍ਹਾਂ ਜਿਹੜਾ ਗਰੁੱਪ ਬਣਿਆ ਹੋਇਆ ਬਿਲਕੁਲ ਸਰ ਇਹ ਚੀਜ਼ ਹੈ ਆਪਾਂ ਹਰ ਬੱਚਾ ਨਹੀਂ ਕਹਿ ਸਕਦੇ ਕਈ ਬੱਚੇ ਬਿਜ਼ੀ ਵੀ ਹੁੰਦੇ ਆ ਹੈ ਨਾ ਜੀ ਕਈਆਂ ਦੀ ਆਪਦੀਆਂ ਮਜਬੂਰੀਆਂ ਹੁੰਦੀਆਂ ਬਟ ਕਈ ਜਿਹੜੇ ਬੱਚੇ ਉੱਥੇ ਜਾ ਕੇ ਸੈਟਲ ਹੋ ਚੁੱਕੇ ਹੈ ਮੇਰੀ ਆਲਮੋਸਟ 70-80% ਬੱਚਿਆਂ ਨਾਲ ਮੇਰੀ ਗੱਲਬਾਤ ਹਜੇ ਵੀ ਫੋਨ 'ਤੇ ਹੋ ਜਾਂਦੀ ਚਾਹੇ ਮਹੀਨੇ ਵਿੱਚ ਇੱਕ ਕਾਲ ਆਵੇ ਜਿਹੜੇ ਬਾਹਰ ਗਏ ਹੈ ਚਾਹੇ 2 ਮਹੀਨਿਆਂ ਵਿੱਚ ਇੱਕ ਕਾਲ ਆ ਜੀ ਮਤਲਬ ਉਹ ਹੈਲਪ ਕਰਨ ਲਈ ਰੈਡੀ ਹੁੰਦੇ ਆ ਕੋਈ ਬੱਚਾ ਇੱਧਰੋਂ ਜਾਂਦਾ ਵੀ ਹੈ ਮੰਨ ਲਓ ਕੁਛ ਬੱਚੇ ਮੇਰੇ ਹੈਗੇ ਇੱਕ ਬੱਚਾ ਤਾਂ ਉੱਥੇ ਜਾ ਕੇ ਕੋਨਸਟੋਗਾ ਕਾਲਜ ਹੈ ਜੀ ਕੋਨਸਟੋਗਾ ਕਾਲਜ 'ਚ ਉਹਨੇ ਜਿਵੇਂ ਆਪਣੇ ਇੱਥੇ ਯੂਨੀਵਰਸਿਟੀ ਕਾਲਜ 'ਚ ਇਲੈਕਸ਼ਨ ਹੁੰਦੇ ਉੱਥੇ ਵੀ ਇੱਕ ਇਲੈਕਸ਼ਨ ਹੁੰਦੇ ਆ ਬੋਰਡ ਆਫ ਡਾਇਰੈਕਟਰ ਜੈਸੇ ਮੈਂਬਰ ਆਫ ਬੋਰਡ ਆਫ ਡਾਇਰੈਕਟਰ ਦਾ ਬਣਿਆ ਜੀ ਮੈਂਬਰ ਬਣਿਆ ਉਹਦੇ ਵਿੱਚ 7 ਹੁੰਦੇ ਆ ਟੋਟਲ ਇੱਕ ਉਹ ਹੈ ਜਦੋਂ ਵੀ ਉੱਥੇ ਕੋਈ ਕਾਊਂਸਲਿੰਗ ਹੁੰਦੀ ਹੈ ਨਵੇਂ ਬੱਚੇ ਦੀ ਜਾਂ ਜਦੋਂ ਬੱਚਾ ਜਾਂਦਾ ਓਰੀਐਂਟੇਸ਼ਨ ਹੁੰਦੀ ਹੈ ਉਹ ਖੁਦ ਸਟੇਜ 'ਤੇ ਬੈਠਾ ਹੁੰਦਾ ਲੜਕੇ ਦਾ ਨਾਮ ਪ੍ਰਭਜੋਤ ਸਿੰਘ ਮੋੜ ਮੰਡੀ ਤੋਂ ਹੈ ਜੀ ਉਹਦਾ ਵੀਜ਼ਾ ਵੀ ਆਪਾਂ ਹੀ ਕਰਿਆ ਅਤੇ ਸਟਿਲ ਬੜੀ ਪੋਜ਼ਿਟਿਵਿਟੀ ਆਉਂਦੀ ਹੈ ਤੁਸੀਂ ਕਹਿੰਦੇ ਪਿੱਕ ਵਾਲੀ ਗੱਲ ਪਿੱਕ ਵੀ ਕਰ ਲੈਂਦੇ ਆ ਪਲੱਸ ਜੇ ਕਿਸੇ ਨੂੰ 5-7-10 ਦਿਨ ਰਹਿਣ ਲਈ ਕਈ ਵਾਰ ਕਿਸੇ ਦਾ ਸਹਾਰਾ ਨਹੀਂ ਹੁੰਦਾ ਵੈਸੇ ਤਾਂ ਪੰਜਾਬ 'ਚ ਆਪਣੇ ਆਲਮੋਸਟ ਸਾਰਿਆਂ ਦੇ ਰਿਸ਼ਤੇਦਾਰ ਹੁੰਦੇ ਆ ਜੀ ਬਾਹਰ ਬਟ ਕਈ ਵਾਰ ਕਿਸੇ ਦਾ ਨਹੀਂ ਵੀ ਹੁੰਦਾ ਕੋਈ 5-7-10 ਦਿਨ ਦੀ ਸਟੇ ਵੀ ਦੇ ਦਿੰਦੇ ਜੀ ਕੋਈ ਇਹੋ ਜਿਹੀ ਗੱਲ ਨਹੀਂ ਮਤਲਬ ਬੜੇ ਅੱਛੇ ਬੱਚੇ ਹੁਣ ਤੱਕ ਜੁੜੇ ਬਹੁਤ ਚੰਗੀ ਪੋਜ਼ਿਟਿਵਿਟੀ ਹੈ ਸਾਰਿਆਂ 'ਤੇ ਸਰ ਜਿੱਦਾਂ ਆਪਾਂ ਇੱਥੇ ਆਈਲੈਟਸ ਤਾਂ ਤੁਸੀਂ ਸੇਵਾਵਾਂ ਦੇ ਰਹੇ ਹੋ ਔਰ ਆਪਣੇ ਟੀਚਰਸ ਨੂੰ ਪਹਿਲਾਂ ਕਾਉਂਸਲ ਕਰਦੇ ਹੋ ਕਿ ਭਾਈ ਇਹ ਆਪਣੇ ਬੱਚੇ ਜਿਹੜੇ ਹੈਗੇ ਆ ਉਹ ਇਹਨਾਂ ਦਾ ਭਵਿੱਖ ਆਪਣੇ ਉੱਪਰ ਹੈਗਾ ਔਰ ਟੀਚਰਸ ਨੂੰ ਕਿ ਜਦੋਂ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਕਿਸੇ ਦੀ ਗੌਰਮੈਂਟ ਸਕੂਲ ਦੀ ਆ ਜਾਂ ਕਿਸੇ ਨੂੰ ਮਤਲਬ ਇੰਗਲਿਸ਼ ਸਪੀਕਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਤੁਸੀਂ ਬੜਾ ਈਜ਼ੀਲੀ ਲੈਣਾ ਹੈਗਾ ਇਹ ਨਹੀਂ ਗੱਲ ਕਿ ਤੁਸੀਂ ਸੋਚੋ ਕਿ ਅਸੀਂ ਉੱਥੇ ਟੀਚਰਸ ਹੈਗੇ ਨਹੀਂ ਤੁਸੀਂ ਉਹਨਾਂ ਬੱਚਿਆਂ ਦੇ ਲੈਵਲ ਦੇ ਉੱਤੇ ਜਾ ਕੇ ਉਹਨਾਂ ਨੂੰ ਆਪਣੇ ਉੱਤੇ ਹੰਡਾ ਕੇ ਕਿ ਬੱਚਿਆਂ ਦਾ ਮਾਈਂਡ ਸੈਟਅਪ ਕਿੱਦਾਂ ਦਾ ਉਹਨੂੰ ਦੇਖ ਕੇ ਸਟੱਡੀ ਕਰਕੇ ਉਹਨਾਂ ਦਾ ਮਾਈਂਡ ਸੈਟਅਪ ਨੂੰ ਜਿੱਦਾਂ ਪਹਿਲਾਂ ਤੁਸੀਂ ਇਗਜ਼ਾਮ ਲੈਂਦੇ ਹੋ ਜਦੋਂ ਬੱਚਾ ਆਉਂਦਾ ਇਗਜ਼ਾਮ ਦੇ ਕੇ ਕਿ ਗ੍ਰਾਮਰ 'ਚ ਉਹ ਕਿੱਦਾਂ ਹੈਗਾ ਕੀ ਕਹਿੰਦੇ ਹੋ
सर ए जी पहला जिम्मे मैनशन कर ही दिता एक ग्रामर का एग्जाम छोटा जहा लेता उस बच्चे का एक लैवल पता लग जाता जो ग्रमैटिकल मिसटेक ज़्यादा या स्पैलिंग मिसटेक बच्चा क्लीयर प्रॉब्लम होंगी है पंजाब जो पंजाब मीडियम पंजाबी मीडियम सॉरी पढ़े ने उन्होंने प्रॉब्लम होंगी है कई बार उन्होंने उसके लैवल के अकॉर्डिंगली एक बार ग्रामर क्लास या आयल्स क्लास टैसट डिसाइड करता जी कि जाना उस तो बाद बच्चे पर डिपेंड करता कई बच्चे तो विद इन अ मंथ भी कवरअप करके जी सारा तो आयल्स का एग्जाम प्रिपेयर हो जाते हैं कई दो तीन मंथ्स भी लग जाते बिकॉज एक कसूर कोई बच्चे का कसूर नहीं अपने एजुकेशन सिस्टम का कसूर है जी मान लो जो बच्चा शुरू तो लैके आपका एल के जी तो लैके यू के जी तो लैके ट्वेल्थ तक सारिया बुक्स उन्हें पंजाबी पढ़िया तो हूँ एकोदम आके आप उन्होंने इंग्लिश थूक देंगे भी इंग्लिश तुम्हें करना जी ये उन्होंने बहुत मुश्किल आती है बट इदा की गल नहीं है कि वह कर नहीं सकते बहुत बच्चे साढ़े इतों जेडे आयल्स करके जाते हैं एक छोटे इलाके होने करके असी इतने एक ये सिस्टम रखे ये सिर्फ कोई कमाई का साधन एडा बनाने असं काम नहीं करे जी ए एक मेन मोटिव यही है कि बच्चों एजुकेशन भी अच्छी प्रोवाइड हो गई हूँ असी इतने आसे पासे देखियो जी फीस काफ़ी ज़्यादा आयल्स क्लासेज की आप पर मंथ 4500 रुपीज़ फीस रखी है सिर्फ उन्हों का खर्चा कवरअप हो जाए जो इंस्टीट्यूट का जो टीचर्स का वो खर्चा कवरअप हो जाए बट सानू मेन चीज़ यह होंगी है भी बच्चा आयल्स क्लीयर करे इंस्टीट्यूट का नाम बने ठीक है जी प्लस उदू बाद जी वीज़ा फाइलिंग वगैरह होंगी है वो सा अच्छा पॉजिटिव आउटकम आता सर चाहोगे कि जिस तरीके बॉडी लैंगुएज चेंज कर हो जाती हैगी जो तो बंदा आईलैट्स कर लेता है और ग्लोबल फ्लायर्स क्योंकि पर्सनैलिटी डिवेलपमेंट भी थोड़े इतने वो भी इंफसाइज करते हो तुम की कहना चाहोगे कि यह कला बाहर जाने नैटवर्क नहीं है आईलैट्स बल्कि इतने इंडिया भी जिन्होंने रहना जिन्होंने इंडिया रह के कोई सर्विसिज करनी है या किसी होर डिपार्टमेंट भी काम करना है कितने भी जाना हरेक आईलैट्स का जी अजक एक नसैसिटी बन चुकी सर नसैसिटी तो नहीं कह सकते बट ये तो कहने वाली गल ए पर्सनैलिटी डिवेलपमेंट भी होंगी है हूँ मान लो कि आप जाने बच्चा पंजाबी गल कर रहा या हिंदी गल कर रहा कित जॉब लिए भी जा रहा जे वो इंग्लिश अच्छी होएगी उन्होंने कितना कितने प्रेफरेंस मिल जाती है उस जगह पर भी यह चीज़ पर्सनैलिटी डिवेलपमेंट भी होंगी है प्लस एक तुम नवी लैंगुएज सीख रहे हो इनू वेलकम करना चाहिए नवी लैंगुएज यह वर्ल्ड वाइड बोली जाती है इंटरनेशनल लैंगुएज के तौर पर इंग्लिश लिया जाता अपने वर्ल्ड सो मेरे हिसाब से यह एक पॉजिटिव थिंग है जो तुम बच्चा करना भी चाहता कई आयल्स नहीं करना चाहते सिर्फ इंग्लिश सीखना चाहते हैं उन्होंने भी मोस्ट वेलकम है जी सर थोड़ा बहुत बहुत धन्यवाद सानू समा दिता जाते आते कि दर्शकों रहेगा मैसेज क्योंकि अज माँ बाप जोड़े है वह अनपढ़ ने बेचारे उन्होंने मन जोड़े है बड़े उदास ने चाहते हो बच्चों बाहर जाना क्योंकि पंजाब जिस तरीके आप देख सकते हैं कि अपने किसान भीर जोड़े है अज महीनिया बद्धी हो गए जोड़े है वो सड़कों पर बैठे ने कोई इतने किसी की सुनवाई नहीं हो रही है और कोई इनकम के साथ सोच वधिया नहीं हैगी है ठीक है सर सारे ना पहला तुहाडी गल दा जवाब देने तो पहला मैं एक चीज़ जरूर कहना चाहूँगा तुहाडा धन्नवाद करना चाहुंदा जी तुसीं आपां सैकंड टाइम अज मिले इत्थे इकट्ठे होए हैं बहुत वधिया लगता तुहाडे नाल मिलके भी तुहाडे नाल आउण नाल भी एक पॉजिटिव एनर्जी आउंदी है साडे इंस्टीट्यूट च बहुत वधिया लगता जी सैकंडली जिहड़ी गल है जी मेन पढ़ाई दे विशे ते जां एक कॉमन मैसेज यही है जी किते भी मेहनत दा लड़ना छड्डो कोई भी चीज़ फड़ ली उहदे पंजाबी च कहिंदे वांगू उहदे पिछे पै जाओ उन्हूं छड्डो ना मेहनत करोंगे तो चीज़ हासिल होएगी यही आयल्स लिए इंप्लीमेंट है यही जिहड़े धरने ते वीर भाई साढ़े बैठे ने अज दिल्ली बैठे ने संघर्ष कर रहे ने भी इस चीज़ के पिछे बैठे ने मेहनत का वो उत्थे आपका संघर्ष जारी रख रहे ने छड्ड नहीं रहे वो चीज़ के पिछे पै गए है ये मैनू पता भी वो फतेह करके वापस आउणगे इस चीज़ में तो मेरे वालों उन्होंने बेस्ट विशेज़ है तो बाकी जो भी साड़ी संस्था वालों हो रहा जिवें भी जिन्ना साढ़े तो हुंदा असीं कर रहे हैं जी उन्होंने भी थैंक यू जी थैंक यू